ਮੇਰਾ ਨਾਮ ਪ੍ਰਵੀਨ ਹੈ, ਮੇਰੀ ਸਿਸਟਰ ਹੈ ਕੌਸਰ ਬੀਬੀ। ਇਹਨਾਂ ਦਾ ਗਲੇ ਦਾ ਮਸਲਾ ਸੀ ਅਤੇ ਉਹ ਹਸਪਤਾਲਾਂ 'ਚ ਵੀ ਗਏ ਹਾਂ, ਕੋਈ ਸਮਝ ਨਹੀਂ ਆਉਂਦੀ ਸੀ, ਚੈੱਕ ਕਰ ਲੈਂਦੇ ਸੀ ਅਤੇ ਆਪਰੇਸ਼ਨ ਦਾ ਦੱਸ ਦਿੰਦੇ ਸੀ ਅਤੇ ਸਾਲ ਹੋ ਗਏ ਇਸ ਮਸਲੇ ਨੂੰ, ਆਪਰੇਸ਼ਨ ਨਹੀਂ ਸੀ ਕਰਦੇ, ਕਹਿ ਦਿੰਦੇ ਸੀ ਆਪਰੇਸ਼ਨ ਕਰਨਾ ਹੈ ਅਤੇ ਫਿਰ ਸਾਨੂੰ ਕਿਸੇ ਨੇ ਦੱਸਿਆ ਅਤੇ ਪੂਰਾ ਸਾਲ ਅਸੀਂ ਪਰੇਸ਼ਾਨ ਰਹੇ ਹਾਂ, ਧੱਕੇ ਖਾਂਦੇ ਫਿਰੇ ਹਾਂ, ਆਪਰੇਸ਼ਨ ਨਹੀਂ ਕਰਦੇ ਸੀ, ਉਹਦਾ ਸਾਹ ਬੰਦ ਹੋਣ ਲੱਗ ਪੈਂਦਾ ਸੀ ਅਤੇ ਫਿਰ ਸਾਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਲਾਹੌਰ ਅਦਾਰਾ ਹੈ ਅਤੇ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਉੱਥੇ ਚਲੇ ਜਾਓ, ਤੁਹਾਡਾ ਇਲਾਜ ਕਰਨਗੇ, ਫ੍ਰੀ ਕਰਨਗੇ। ਅਸੀਂ ਫਿਰ ਸਾਰੇ ਅਸੀਂ ਉਹ ਕਾਗਜ਼ਾਤ ਅਦਾਰੇ 'ਚ ਲੈ ਕੇ ਗਏ ਹਾਂ, ਉਹ ਸਾਰੇ ਉੱਥੇ ਜਮ੍ਹਾਂ ਕਰਵਾਏ ਨੇ। ਫਿਰ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਡਾ ਅਸੀਂ ਚੈੱਕਅਪ ਕਰਵਾਵਾਂਗੇ, ਇਲਾਜ ਕਰਵਾਵਾਂਗੇ, ਫ੍ਰੀ ਕਰਵਾਵਾਂਗੇ। ਅਤੇ ਉਹਨਾਂ ਨੇ ਫਿਰ ਸਾਨੂੰ ਅਕਰਮ ਹੋਸਪਿਟਲ ਭੇਜਿਆ ਹੈ, ਉਹਨਾਂ ਦਾ ਫਿਰ ਆਪਰੇਸ਼ਨ ਕੀਤਾ, ਬਿਲਕੁਲ ਠੀਕ ਹੋ ਗਿਆ ਅਤੇ ਦਵਾਈ ਵਗੈਰਾ ਵੀ ਸਭ ਕੁਛ ਫ੍ਰੀ ਹੋ ਰਿਹਾ, ਕੋਈ ਪੈਸਾ ਨਹੀਂ ਦਿੱਤਾ ਅਸੀਂ। ਅਸੀਂ ਇਹਨਾਂ ਇਸ ਅਦਾਰੇ ਵਾਲਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਔਰ ਜੋ ਇਹਨਾਂ ਨੂੰ ਤਾਮਨ ਦੇ ਰਹੇ ਨੇ ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ।